ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਅੰਮ੍ਰਿਤਸਰ ਜੇਲ੍ਹ ਬ੍ਰੇਕ ਕਰਨ ਵਾਲੇ ਦੋ ਆਰੋਪੀ ਗ੍ਰਿਫਤਾਰ ਹੋ ਗਏ ਨੇ। ਉਹਨਾਂ ਦੇ ਨਾਲ ਉਹਨਾਂ ਦਾ ਇੱਕ ਸਹਿਯੋਗੀ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਵੱਡਾ ਖੁਲਾਸਾ ਕੀਤਾ ਕਿ ਸਭ ਕੁਝ ਉਹਨਾਂ ਨੇ ਇੱਕ ਦੋ ਦਿਨਾਂ ਦੇ ਅੰਦਰ ਹੀ ਕੀਤਾ, ਯਾਨੀ ਕਿ ਇੱਕੋ ਰਾਤ ਦੇ ਵਿੱਚ ਮਿਹਨਤ ਕੀਤੀ ਅਤੇ ਜੇਲ੍ਹ ਬ੍ਰੇਕ ਕਰਕੇ ਫਰਾਰ ਹੋ ਗਏ। ਇਹਨਾਂ ਦੀ ਫਰਾਰੀ ਦੀ ਕਹਾਣੀ ਕਿਸੇ ਫਿਲਮ ਸਟੋਰੀ ਤੋਂ ਘੱਟ ਨਹੀਂ ਹੈ। ਅਗਲੀਆਂ ਤਸਵੀਰਾਂ 'ਚ ਤੁਹਾਨੂੰ ਵਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਭੱਜੇ ਸੀ। ਖੁਦ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸੀ ਪੂਰੀ ਕਹਾਣੀ, ਕਿਵੇਂ ਹੋਈ ਦੋ ਆਰੋਪੀਆਂ ਦੀ ਗ੍ਰਿਫਤਾਰੀ ਅਤੇ ਕਿਵੇਂ ਹੋਈ ਪੂਰੀ ਸਾਜ਼ਿਸ਼। ਇੱਕ ਇੱਕ ਕਰਕੇ ਸੁਣੋ ਹਰ ਗੱਲ। ਹਰ ਗੱਲ ਦਾ ਪਰਦਾ ਫਾਸ਼ ਕੀਤਾ ਹੈ ਅੰਮ੍ਰਿਤਸਰ ਪੁਲਿਸ ਨੇ ਦੈਨਿਕ ਮੇਲ ਪੰਜਾਬੀ ਟੀਵੀ ਦੇ ਰਾਹੀਂ। ਅੰਮ੍ਰਿਤਸਰ ਤੋਂ ਸੋਨੂੰ ਸੋਢੀ ਦੀ ਇਹ ਰਿਪੋਰਟ ਵੇਖੋ। ਅੰਮ੍ਰਿਤਸਰ ਉੱਥੋਂ ਤਿੰਨ ਕੈਦੀ ਫਰਾਰ ਹੋ ਗਏ ਸੀਗੇ, ਉਹਦੇ ਵਿੱਚ DCP ਡੀ ਜਿਹੜੇ ਨੇ ਸਾਡੇ ਮੁਖਵਿੰਦਰ ਸਿੰਘ ਜੀ, ਇਹਨਾਂ ਦੇ ਅੰਡਰ ਅਸੀਂ ਅਲੱਗ ਅਲੱਗ ਟੀਮਸ ਬਣਾਈਆਂ ਸੀਗੀਆਂ, ਜਿਹਦੇ ਵਿੱਚ ADCP ਇਨਵੈਸਟੀਗੇਸ਼ਨ ਜੁਗਰਾਜ ਸਿੰਘ, ADCP 1 ਹਰਜੀਤ ਸਿੰਘ ਹੋਣੀ, ਔਰ ਇਹਨਾਂ ਦੀ ਸਾਰੀ ਟੀਮ ਜਿਹਦੇ ਵਿੱਚ ACP ਡੀ ਵੀ ਸੀਗੇ, SHO ਇਸਲਾਮਾਬਾਦ, ਬੀ ਡਿਵੀਜ਼ਨ ਇੰਚਾਰਜ CIA, ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ, ਬਹੁਤ ਐਫਰਟ ਕੀਤਾ ਔਰ ਅਸੀਂ ਕਾਮਯਾਬ ਹੋਏ। ਇਹਦੇ ਵਿੱਚ ਜਿਹੜੇ ਦੋ ਸਭ ਤੋਂ ਨੋਟੋਰੀਅਸ ਸੀਗੇ, ਤਿੰਨ ਬੰਦੇ ਦੌੜੇ ਸੀਗੇ, ਸਭ ਤੋਂ ਨੋਟੋਰੀਅਸ ਜਿਹੜਾ ਜਿੱਥੇ ਸਭ ਤੋਂ ਵੱਧ ਪਰਚੇ ਦਰਜ ਆ ਉਹ ਜਰਨੈਲ ਸਿੰਘ ਏਲੀਅਸ ਪ੍ਰਿੰਸ ਆ, ਜਿਹਦੇ 'ਤੇ 5 ਤੋਂ ਜ਼ਿਆਦਾ ਪਰਚੇ ਦਰਜ ਆ। ਗੁਰਪ੍ਰੀਤ ਸਿੰਘ ਗੋਪੀ ਆ, ਉਹਦੇ 'ਤੇ ਵੀ 5 ਤੋਂ ਜ਼ਿਆਦਾ ਪਰਚੇ ਦਰਜ ਆ। ਇਹਨਾਂ ਨੂੰ ਸਾਡੀ ਜਿਹੜੀ ਟੀਮ ਆ ਉਹਨਾਂ ਨੇ ਗ੍ਰਿਫਤਾਰ ਕੀਤਾ, ਜਿਹਦੇ 'ਚ ਜਰਨੈਲ ਸਿੰਘ ਜਿਹੜਾ ਪ੍ਰਿੰਸ ਆ ਉਹਨੂੰ ਅਨੰਦਪੁਰ ਸਾਹਿਬ ਤੋਂ ਬੱਸ ਸਟੈਂਡ ਤੋਂ ਕੱਲ੍ਹ ਰਾਤੀ 10:30 ਗ੍ਰਿਫਤਾਰ ਕੀਤਾ ਔਰ ਉਹਦੀ ਅੱਗੇ ਫਰਦਰ ਪੁੱਛਗਿੱਛ ਤੋਂ ਔਰ ਹੋਰ ਇਨਫੋਰਮੇਸ਼ਨ ਡਿਵੈਲਪ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਆ ਉਹਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਰੂੜੀਵਾਲ ਪਿੰਡ ਪੈਂਦਾ ਵਾ ਚੋਲਾ ਸਾਹਿਬ ਦੇ ਵਿੱਚ, ਉੱਥੋਂ ਇੱਕ ਸ਼ਮਸ਼ੇਰ ਸਿੰਘ ਨਾਮ ਦਾ ਬੰਦਾ ਉਹਦੇ ਘਰ 'ਚ ਉਹਨੇ ਪਨਾਹ ਲਈ ਹੋਈ ਸੀਗੀ, ਉੱਥੋਂ ਉਹਨੂੰ ਗ੍ਰਿਫਤਾਰ ਕੀਤਾ। ਔਰ ਜਦੋਂ ਉਹਨੂੰ ਗੁਰਪ੍ਰੀਤ ਗੋਪੀ ਨੂੰ ਗ੍ਰਿਫਤਾਰ ਕਰ ਰਹੇ ਸੀਗੇ, ਉਹਦੇ ਦੌਰਾਨ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਤਾਂ ਉਹਨੇ ਇੱਕ ਸਾਡਾ ਕੌਂਸਟੇਬਲ ਆ ਜਿਹੜਾ ਜਵਾਨ ਆ ਉਹਦੇ ਮੂੰਹ 'ਤੇ ਗਰਮ ਚਾਹ ਸੁੱਟ ਦਿੱਤੀ, ਉਸ ਤੋਂ ਬਾਅਦ ਇਹ ਦੌੜ ਗਿਆ ਉੱਥੋਂ ਨਿਕਲ ਕੇ, ਫਿਰ ਇਹਨੇ ਉੱਪਰ ਜਾ ਕੇ ਛੱਤ ਤੋਂ ਛਲਾਂਗ ਲਾ ਦਿੱਤੀ, ਇਹਦੀ ਲੱਤ ਦੇ ਉੱਤੇ ਵੀ ਸੱਟ ਲੱਗੀ ਆ, ਸੋ ਉਹਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਾਇਆ ਵਾ, ਉਹਦੀ ਟ੍ਰੀਟਮੈਂਟ ਚੱਲ ਰਿਹਾ ਵਾ ਉਹਦਾ। ਗੁਰਪ੍ਰੀਤ ਗੋਪੀ ਦਾ ਜਰਨੈਲ ਸਿੰਘ ਪ੍ਰਿੰਸ ਜਿਹੜਾ ਉਹ ਸਾਡੀ ਕਸਟਡੀ ਦੇ ਵਿੱਚ ਆ। ਮੁੱਢਲੀ ਅਜੇ ਅਸੀਂ ਪੁੱਛਗਿੱਛ ਕੀਤੀ ਹੈ ਕਿਉਂਕਿ ਅਜੇ ਇਹਨਾਂ ਨੂੰ ਰਾਤੀ ਗ੍ਰਿਫਤਾਰ ਕੀਤਾ ਹੈ, ਹੋਰ ਡਿਟੇਲ ਦੇ ਵਿੱਚ ਜਾਵਾਂਗੇ। ਜੋ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਨੇ ਕਰੀਬ ਜੁਲਾਈ ਜਦੋਂ ਇਹ ਅੰਦਰ ਗਏ ਜੇਲ੍ਹ ਦੇ, ਉਦੋਂ ਹੀ ਮਹੀਨੇ ਬਾਅਦ ਇਹਨਾਂ ਨੇ ਪਹਿਲਾਂ ਵੀ ਪਲਾਨ ਕੀਤਾ ਸੀਗਾ ਦੌੜਨ ਦੇ ਬਾਰੇ 'ਚ, ਜਿਹਦੇ ਵਿੱਚ ਇਹਨਾਂ ਦੇ ਨਾਲ 3 ਇਹ ਵਾਲੇ ਬੰਦੇ ਜਿਹੜੇ ਦੌੜੇ, ਇਹਦੇ ਵਿੱਚ ਉਸ ਟਾਈਮ 'ਤੇ ਵਿਸ਼ਾਲ ਨਾਲ ਨਹੀਂ ਸੀਗਾ, 3 ਬੰਦੇ ਹੋਰ ਸੀਗੇ, ਟੋਟਲ 6 ਜਣਿਆਂ ਨੇ ਪਲਾਨ ਕੀਤਾ ਸੀਗਾ। ਪਰ ਉਹਨਾਂ ਦੇ ਵਿੱਚੋਂ 6 ਦੇ ਵਿੱਚੋਂ ਫਿਰ ਇੱਕ ਬੰਦਾ ਜਿਹੜਾ ਸੀਗਾ ਉਹ ਐਂਡ ਆਫ ਅਗਸਤ ਦੇ ਵਿੱਚ ਉੱਥੋਂ ਸ਼ਿਫਟ ਕਰ ਗਿਆ ਫਰੀਦਕੋਟ ਜੇਲ੍ਹ ਦੇ ਵਿੱਚ, ਉਸ ਵਿੱਚੋਂ 5 ਬੰਦੇ ਬਚ ਗਏ। 5 ਤੋਂ ਬਾਅਦ ਫਿਰ ਜਿਹੜਾ ਵਿਸ਼ਾਲ ਆ ਉਹ ਇਹਨਾਂ ਦੇ ਨਾਲ ਆ ਕੇ ਮਿਲ ਗਿਆ। ਤਕਰੀਬਨ ਜਿਹੜਾ ਹੁਣ ਵਾਲਾ ਜਿਹੜਾ ਇੰਸੀਡੈਂਟ ਹੋਇਆ ਵਾ ਇਹਦੀ ਪਲੈਨਿੰਗ ਇਹਨਾਂ ਨੇ ਕਰੀਬ ਸਪਤੰਬਰ ਅਕਤੂਬਰ ਦੇ ਵਿੱਚ ਸ਼ੁਰੂ ਕੀਤੀ ਸੀਗੀ। ਔਰ ਜਿਹੜੇ 3 ਬੰਦੇ ਬਾਕੀ ਦੇ ਸੀਗੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਪਲੈਨ ਕੀਤਾ ਸੀ, 3 ਤਾਂ ਇਹੀ ਹੈ ਜਿਹੜੇ ਦੌੜੇ ਸੀਗੇ, ਗੁਰਪ੍ਰੀਤ ਗੋਪੀ, ਜਰਨੈਲ ਏਲੀਅਸ ਪ੍ਰਿੰਸ ਔਰ ਵਿਸ਼ਾਲ। 3 ਹੋਰ ਜਿਹੜੇ ਸੀਗੇ ਲਾਸਟ ਮੂਮੈਂਟ 'ਤੇ 10 ਦਿਨ ਪਹਿਲਾਂ ਉਹਨਾਂ ਨੇ ਵੀ ਡਰੋਪ ਕਰਤਾ ਵੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਉਹ ਉਹਨਾਂ ਨੂੰ ਲੱਗਿਆ ਕੰਧ ਵੀ ਨਹੀਂ ਟੱਪੀ ਜਾਣੀ, ਹੋਰ ਕਈ ਇਸ਼ੂਜ਼ ਦੇ ਕਰਕੇ ਉਹਨਾਂ ਨੇ ਡਰੋਪ ਕਰ ਦਿੱਤਾ। ਜਿਹੜਾ ਇਹਨਾਂ ਨੇ ਪਰਟੀਕੁਲਰ ਪਾੜ ਲਾਇਆ ਵਾ ਉਹਦੇ ਬਾਰੇ ਦੇ ਵਿੱਚ ਪਹਿਲਾਂ ਨੇ ਇਹਨਾਂ ਨੇ ਇੱਕ ਹੋਰ ਸਪੋਟ ਆਈਡੈਂਟੀਫਾਈ ਕੀਤਾ ਸੀ ਜਿਹੜਾ ਕਿ ਮਨਦੀਪ ਸਿੰਘ ਨਾਮ ਦੇ ਬੰਦੇ ਦੇ, ਉੱਥੇ ਉਹਨੂੰ ਖੱਡ ਕਹਿੰਦੇ ਆ ਅੰਦਰ ਬੈਰਕਸ ਦੇ ਵਿੱਚ, ਉਹਦੀ ਬੈਰਕ ਦੇ ਲੱਗੇ ਸੀਗਾ। ਉਸ ਤੋਂ ਬਾਅਦ ਜਦੋਂ ਉਹਨਾਂ ਦਾ ਪਲਾਨ ਚੇਂਜ ਹੋ ਗਿਆ 3 ਦਾ, ਤਾਂ ਇਹਨਾਂ 3 ਨੇ ਫਿਰ ਜਿਹੜੀ ਇਹ ਵਾਲਾ ਪਰਟੀਕੁਲਰ ਪੁਆਇੰਟ ਆ ਇਹ ਚੂਜ਼ ਕੀਤਾ, ਜਿਸ ਦਿਨ ਇਹ ਦੌੜੇ ਆ ਜਿਸ ਰਾਤ 'ਤੇ ਦੌੜੇ ਆ ਉਸ ਦਿਨ ਇਹਨਾਂ ਨੇ ਉਹਦੇ ਉੱਤੇ ਕੱਪੜਾ ਪਾ ਕੇ ਥੋੜ੍ਹਾ ਥੋੜ੍ਹਾ ਉਹਨੂੰ ਦਿਨ ਦੇ ਟਾਈਮ ਦੇ ਉੱਤੇ ਵੀ ਮਤਲਬ ਉਹਨੂੰ ਵੀਕਨ ਕਰ ਦਿੱਤਾ। ਜਿਹੜੀ ਕੰਧ ਸੀਗੀ ਉਹਦੇ ਵਿੱਚ ਉਹ ਸਰੀਏ ਦਾ ਇਹਨਾਂ ਨੇ ਇੱਕ ਬਣਾਇਆ ਸੀਗਾ, ਉਹ ਮਾਰ ਮਾਰ ਕੇ ਉਹਨੂੰ ਵੀਕਨ ਕਰਤਾ। ਈਵਨ ਰਾਤ ਤੱਕ ਜਦੋਂ ਤੱਕ ਉਹ ਬੈਰਕ ਦੇ ਵਿੱਚ ਸਾਰੇ ਦੋਸ਼ੀ ਬਾਕੀ ਦੇ ਨਹੀਂ ਆਏ ਸੀਗੇ, ਇੱਕ ਇੱਟ ਇਹਨਾਂ ਨੇ ਥੋੜ੍ਹੀ ਵਿੱਚੋਂ ਉਖਾੜ ਲਈ ਸੀਗੀ, ਉਖਾੜ ਕੇ ਫਿਰ ਉਹਨੂੰ ਲਗਾ ਦਿੱਤਾ। ਰਾਤ ਨੂੰ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਬੈਰਕ ਦੇ ਵਿੱਚ TV ਦੀ ਆਵਾਜ਼ ਬੜੀ ਉੱਚੀ ਸੀਗੀ ਔਰ ਇੱਕ ਬੰਦਾ ਕੱਪੜਾ ਪਾ ਕੇ ਹੌਲੀ ਹੌਲੀ ਕਰਦਾ ਰਿਹਾ,
ਜਦੋਂ ਬਾਅਦ ਦੇ ਵਿੱਚ ਸਾਰੇ ਬੰਦੇ ਸੌਂ ਗਏ ਜਦੋਂ ਰਾਤ ਨੂੰ, ਫਿਰ ਇਹਨਾਂ ਨੇ ਉਹਨੂੰ ਥੋੜ੍ਹਾ ਇੱਕ ਸੱਟ ਮਾਰ ਕੇ ਫਿਰ 3 ਇੱਟਾਂ ਉਹਦੇ ਵਿੱਚੋਂ ਡਿੱਗ ਕੇ ਉਹਦੇ ਵਿੱਚ ਦੀ ਸਭ ਤੋਂ ਪਹਿਲਾਂ ਵਿਸ਼ਾਲ ਜਿਹੜਾ ਸੀਗਾ ਉਹ ਨਿਕਲਿਆ। ਪਹਿਲੇ ਬੰਦੇ ਦਾ ਨਿਕਲਣਾ ਥੋੜ੍ਹਾ ਔਖਾ ਸੀ, ਉਹ ਸਾਰੇ ਆਪਣੇ ਕੱਪੜੇ ਉਤਾਰ ਕੇ ਬਾਹਰ ਨਿਕਲਿਆ, ਫਿਰ ਉਹਨੇ ਕੱਪੜੇ ਪਹਿਨੇ ਉਹਦੇ ਤੋਂ ਬਾਅਦ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਗੁਰਪ੍ਰੀਤ ਗੋਪੀ ਨਿਕਲਿਆ, ਫਿਰ ਜਰਨੈਲ ਨਿਕਲਿਆ। ਉਸ ਤੋਂ ਬਾਅਦ ਜਿਹੜੀ ਮੇਨ ਜਿਹੜੀ ਕੰਧ ਆ ਜਿਹੜੀ ਅੰਦਰਲੀ ਬੈਰਕ ਦੀ ਜਿਹਨੂੰ ਅਹਾਤਾ ਆਪਾਂ ਕਹਿੰਦੇ, ਬਲੌਕ ਦੀ ਜਿਹੜੀ ਕੰਧ ਆ ਉਹਦੇ ਉੱਤੇ ਇਹਨਾਂ ਨੇ ਇੱਕ ਜਿਹੜੀਆਂ ਅੰਗੀਠੀਆਂ ਹੁੰਦੀਆਂ ਉਹਦੇ ਨਾਲ ਇੱਕ ਉਹ ਸਪੋਰਟ ਹੁੰਦੀ ਆ, ਉਹ ਸਪੋਰਟ ਲਾ ਕੇ ਇਹ ਫਿਰ ਇੱਕ ਦੂਜੇ ਦੇ ਮੋਢੇ 'ਤੇ ਚੜ੍ਹ ਕੇ ਪਹਿਲੀ ਕੰਧ ਦੇ ਉੱਤੇ ਚੜ੍ਹੇ। ਕੰਧ ਦੇ ਉੱਤੇ ਚੜ੍ਹਨ ਤੋਂ ਬਾਅਦ ਦੇ ਵਿੱਚ ਜਿਹੜਾ ਗੋਪੀ ਸੀਗਾ ਉਹਨੇ ਫਿਰ ਦੋਨਾਂ ਨੂੰ ਕੱਪੜੇ ਦੇ ਨਾਲ ਖਿੱਚਿਆ ਉੱਪਰ, ਉੱਥੇ ਇਹਨਾਂ ਨੂੰ ਕਾਫੀ ਟਾਈਮ ਲੱਗਾ ਉਹ ਜਿਹੜੀ ਪਹਿਲੀ ਕੰਧ ਸੀਗੀ। ਫਿਰ ਦੂਸਰੀ ਕੰਧ ਦੇ ਉੱਤੇ ਜਾ ਕੇ ਇਹਨਾਂ ਨੇ ਉਹ ਜਿਹੜਾ ਸਰੀਆ ਫੋਲਡ ਕੀਤਾ ਸੀਗਾ ਉਹ ਸਰੀਆ ਲਗਾ ਕੇ ਕੱਪੜਾ ਬੰਨ੍ਹ ਕੇ ਉਹਦੇ ਉੱਤੇ ਚੜ੍ਹੇ, ਉਸ ਤੋਂ ਬਾਅਦ ਬਾਹਰ ਗਏ। ਜਿੱਥੋਂ ਤੱਕ ਜੇਲ੍ਹ ਓਫੀਸ਼ੀਅਲਸ ਦੀ ਗੱਲ ਆ, ਅਜੇ ਸਟਿਲ ਪਾਰਟ ਆਫ ਇਨਵੈਸਟੀਗੇਸ਼ਨ ਕਿ ਕਿਹਦੀ ਕੀ ਕਨਾਈਮੈਂਸ ਹੈਗੀ ਆ। ਨੈਗਲੀਜੈਂਸ ਤਾਂ ਮੁੱਢਲੇ ਤੌਰ 'ਤੇ ਹੈਗੀ ਹੈਗੀ ਆ, ਉਹਨਾਂ ਦੀ ਜਿਹੜੇ ਆਸ ਪਾਸ ਵਾਲੇ ਸੀਗੇ ਜਿਨ੍ਹਾਂ ਦੇ ਉੱਤੇ ਆਲਰੇਡੀ ਅਸੀਂ ਲੀਗਲ ਐਕਸ਼ਨ ਵੀ ਲੈ ਚੁੱਕੇ ਹਾਂ, ਡਿਪਾਰਟਮੈਂਟਲ ਐਕਸ਼ਨ ਵੀ ਲੈ ਚੁੱਕੇ ਹਾਂ। ਔਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਨਿਕਲਣ ਤੋਂ ਬਾਅਦ ਇਹ ਪੈਦਲ ਚੱਲ ਕੇ ਅਤੇ ਜਿਹੜੀ ਚੱਬਾ ਦੇ ਉੱਤੇ ਜਿਹੜੀ ਆਪਣੇ ਬਾਬਾ ਨੌਧ ਸਿੰਘ ਜੀ ਦੀ ਸਮਾਧ ਆ ਉੱਥੇ ਗਏ, ਉੱਥੇ ਇਹਨਾਂ ਨੇ ਚਾਹ ਵਗੈਰਾ ਪੀਤੀ। 50 ਰੁਪਏ ਇਹਨਾਂ ਦੇ ਕੋਲ ਸੀਗੇ, ਉੱਥੋਂ ਇਹਨਾਂ ਨੇ ਆਟੋ ਲਿਆ, ਆਟੋ ਲੈ ਕੇ ਫਿਰ ਇਹ ਤਰਨ ਤਾਰਨ ਗਏ ਆਟੋ ਲੈ ਕੇ। ਉਹ 20 ਰੁਪਏ ਪਰ ਸਵਾਰੀ ਦੇ ਹਿਸਾਬ ਨਾਲ ਲਏ, ਉਹਦੇ ਨਾਲ ਥੋੜ੍ਹੀ ਇਹਨਾਂ ਨੇ ਬਾਰਗੇਨਿੰਗ ਕਰ ਲਈ। ਤਰਨ ਤਾਰਨ ਤੋਂ ਬਾਅਦ ਦੇ ਵਿੱਚ ਫਿਰ ਇੱਕ ਇਹਨਾਂ ਦਾ ਇੱਕ ਭਰਾ ਹੈਗਾ ਹੈ, ਉਹਦਾ ਸਾਲਾ ਰਛਪਾਲ ਸਿੰਘ, ਉਹ ਇਹਨਾਂ ਨੂੰ ਬਿਠਾ ਕੇ ਫਿਰ ਰੂੜੀਵਾਲ ਪਿੰਡ ਲੈ ਕੇ ਗਿਆ, ਜਿਹੜਾ ਇਹ ਪਿੰਡ ਆ ਰੂੜੀਵਾਲ। ਰੂੜੀਵਾਲ ਪਿੰਡ ਦੇ ਵਿੱਚ ਜਾ ਕੇ ਉਹਨੇ ਇਹਨਾਂ ਦੀ ਜਿਹੜੀ ਮਦਰ ਅਤੇ ਸਿਸਟਰ ਆ ਉਹ ਇੱਕ ਅਲੱਗ ਘਰ ਰਹਿ ਕੇ ਹੁਣ ਰਹਿ ਰਹੀਆਂ ਸੀਗੀਆਂ, ਉਹ ਤਿੰਨੋਂ ਜਾਣੇ ਰਾਤ ਉੱਥੇ ਰੁਕੇ। ਅਗਲੇ ਦਿਨ ਮਾਰਨਿੰਗ ਦੇ ਵਿੱਚ ਜਦੋਂ ਪੁਲਿਸ, ਅਸੀਂ ਕਿਉਂਕਿ ਸਾਨੂੰ ਇਹਨਾਂ ਦਾ ਨਵਾਂ ਐਡਰੈਸ ਲੱਭਣ 'ਤੇ ਥੋੜ੍ਹਾ ਟਾਈਮ ਲੱਗਿਆ ਸੀ, ਜਦੋਂ ਤੱਕ ਟੀਮ ਸਾਡੀ ਉੱਥੇ ਪਹੁੰਚੀ ਆ ਉਦੋਂ ਤੱਕ ਇਹ ਤਿੰਨੇ ਫਰਾਰ ਹੋ ਗਏ ਸੀ, ਪਰ ਸਿਸਟਰ ਅਤੇ ਮਦਰ ਜਿਹੜੀਆਂ ਸੀਗੀਆਂ ਉਹ ਫੜੀਆਂ ਗਈਆਂ ਸੀਗੀਆਂ, ਉਹਨਾਂ ਦੀ ਆਲਰੇਡੀ 212 ਦੇ ਵਿੱਚ ਅਰੈਸਟ ਪੈ ਚੁੱਕੀ ਹੈ। ਫਿਰ ਇਹ ਤਿੰਨੋਂ ਜਾਣੇ ਉੱਥੋਂ ਵਿਸ਼ਾਲ ਜਿਹੜਾ ਸੀਗਾ ਉਹ ਅਲੱਗ ਹੋ ਗਿਆ, ਇਹ ਜਿਹੜਾ ਜਰਨੈਲ ਸੀਗਾ ਇਹ ਜੇਠੂ ਨੰਗਲ ਹੈਗਾ ਇੱਥੇ ਆਪਣੇ ਦਿਹਾਤੀ ਦੇ ਵਿੱਚ, ਉੱਥੋਂ ਆ ਕੇ ਇਹ ਜਿਹੜੀ ਇਹਦੀ ਗਰਲਫ੍ਰੈਂਡ ਆ ਸੋ ਕਾਲਡ ਉਹਨੂੰ ਨਾਲ ਲੈ ਕੇ ਫਿਰ ਇਹ ਅਨੰਦਪੁਰ ਸਾਹਿਬ ਚਲਾ ਗਿਆ। ਸਾਡੀ ਟੀਮ ਜਰਨੈਲ ਜਰਨੈਲ ਜਿਹੜਾ ਸੀਗਾ ਉਹ ਸਾਡੀ ਟੀਮ ਨੇ ਫਿਰ ਉਹ ਪੈਡ ਨੱਪ ਕੇ ਮਤਲਬ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਫਿਰ ਇਹਨੂੰ ਉੱਥੋਂ ਅਨੰਦਪੁਰ ਸਾਹਿਬ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ। ਗੁਰਪ੍ਰੀਤ ਗੋਪੀ ਦੇ ਬਾਰੇ ਦੇ ਵਿੱਚ ਇੰਨੇ ਹੀ, ਕਿਉਂਕਿ ਇਹ ਆਪਸ ਚਿੰਤਾ 'ਚ ਸੀਗੇ, ਇਹਨਾਂ ਨੇ ਨੈਕਸਟ ਡੇ ਮਾਰਨਿੰਗ ਦੇ ਵਿੱਚ ਪਲਾਨ ਕੀਤਾ ਸੀ ਕਿਤੇ ਜਾਣ ਵਾਸਤੇ, ਗੋਪੀ ਨੇ ਐਂਡ ਜਰਨੈਲ ਨੇ। ਸੋ ਉਹਨੇ ਹੀ ਸਾਨੂੰ ਉਹਦੀ ਲੋਕੇਸ਼ਨ ਦੱਸੀ ਕਿ ਉਹ ਕਿੱਥੇ ਮਿਲੂਗਾ, ਫਿਰ ਉਹਨੂੰ ਨਾਲ ਲੈ ਕੇ ਉੱਥੋਂ ਹੀ ਸਟ੍ਰੇਟ ਸਾਡੀ ਟੀਮ ਜਿਹੜੀ ਆ ਉਹ ਪਿੰਡ ਦੇ ਵਿੱਚ ਗਈ ਜਿੱਥੇ ਉਹ ਸਾਰਾ ਇੰਸੀਡੈਂਟ ਹੋਇਆ, ਜਿਹਦੇ ਵਿੱਚ ਉਹਦੀ ਜਿਹੜੀ ਲੱਤ ਵੀ ਫ੍ਰੈਕਚਰ ਹੋ ਗਈ। ਵਿਸ਼ਾਲ ਦੇ ਬਾਰੇ ਦੇ ਵਿੱਚ ਵੀ ਸਾਡੇ ਕੋਲ, ਉੱਥੋਂ ਵਿਸ਼ਾਲ ਜਿਹੜਾ ਹੈ ਉਹ ਮਾਰਨਿੰਗ ਦੇ ਵਿੱਚ ਚਲਾ ਗਿਆ ਸੀਗਾ, ਆਲਰੇਡੀ ਸਾਡੀਆਂ ਜਿਹੜੀਆਂ ਬਾਕੀ ਟੀਮਸ ਆ ਉਹਦੇ ਉੱਤੇ ਲੱਗੀਆਂ ਵਾ। ਔਰ ਇਹਨਾਂ ਦੇ ਵਿੱਚੋਂ ਜਿਹੜੇ ਜ਼ਿਆਦਾ ਹਾਰਡਕੋਰ ਕ੍ਰਿਮੀਨਲ ਸੀਗੇ ਜੋ ਆਪਾਂ ਰਿਕਾਰਡ ਦੇ ਹਿਸਾਬ ਨਾਲ ਦੇਖੀਏ ਤਾਂ ਇਹ ਦੋਨੇ ਸੀਗੇ ਜਿਨ੍ਹਾਂ ਦੇ ਉੱਤੇ ਕਾਫੀ ਸਾਰੇ ਲੁੱਟ ਖੋਹ ਦੇ ਹਰ ਤਰ੍ਹਾਂ ਦੇ ਪਰਚੇ ਦਰਜ ਆ, ਔਰ ਜਿਸ ਤਰ੍ਹਾਂ ਐਫਰਟ ਚੱਲ ਰਿਹਾ ਹੈ ਉਹਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰ ਲਾਂਗੇ ਵਿਸ਼ਾਲ ਸਿੰਘ। ਨਹੀਂ 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 ਮੈਂ ਕਿਹਾ ਜੀ ਇਨਵੈਸਟੀਗੇਸ਼ਨ ਚੱਲ ਰਹੀ ਆ, ਰੂਲ ਆਊਟ ਤਾਂ ਆਪਾਂ ਕਰ ਹੀ ਨਹੀਂ ਸਕਦੇ ਜੀ ਉਹਦੇ ਵਿੱਚ, ਕਿਉਂਕਿ ਜਿਸ ਤਰੀਕੇ ਦੇਖੋ ਕ੍ਰਿਮੀਨਲ ਐਕਟ ਦੇ ਵਿੱਚ ਇੰਟੈਂਸ਼ਨ ਤੋਂ ਇਲਾਵਾ ਵੀ ਕ੍ਰਿਮੀਨਲ ਨੈਗਲੀਜੈਂਸੀ ਵੀ, ਕ੍ਰਿਮੀਨਲ ਨੈਗਲੀਜੈਂਸੀ ਵੀ ਹੁੰਦੀ ਆ। ਤੁਹਾਨੂੰ ਕੋਈ ਡਿਊਟੀ ਅਸਾਈਨ ਕੀਤੀ ਆ, ਤੁਸੀਂ ਉਹ ਡਿਊਟੀ ਨਹੀਂ ਕਰ ਰਹੇ, ਡਜ਼ਨਟ ਮੀਨ ਕਿ ਜੇ ਤੁਸੀਂ ਉਹਦੇ ਤੋਂ ਪੈਸੇ ਲਏ ਆ ਉਹਨੂੰ ਭਜਾਉਣ ਵਾਸਤੇ, ਫਿਰ ਹੀ ਤੁਹਾਡੀ ਉਹਦੇ ਵਿੱਚ ਨੈਗਲੀਜੈਂਸੀ ਆ। ਈਵਨ ਨੋਟ ਪਰਫੋਰਮਿੰਗ ਡਿਊਟੀ ਜਿਹੜੀ ਆ, ਜਿਹੜੀ ਕਿ ਇਸ ਤਰ੍ਹਾਂ ਦੀ ਡਿਊਟੀ ਹਾਈਲੀ ਸੈਂਸਿਟਿਵ ਆ, ਦੈਟ ਇਜ਼ ਆਲਸੋ ਕ੍ਰਿਮੀਨਲ ਨੈਗਲੀਜੈਂਸ। ਸੋ ਨੈਗਲੀਜੈਂਸ ਤਾਂ ਹੈ ਹੀ ਹੈ, ਪਰਚਾ ਵੀ 223 224 ਦਾ ਹੀ ਹੁੰਦਾ ਹੈ। ਸੋ ਇਸ ਕਰਕੇ ਕ੍ਰਿਮੀਨਲ ਇਨਵੋਲਵਮੈਂਟ ਤਾਂ ਹੈਗੀ ਹੈਗੀ ਉਹਨਾਂ ਦੀ ਜਿਹੜੇ ਗ੍ਰਿਫਤਾਰ ਕੀਤੀ ਆ, ਸਿਰਫ ਇਹ ਹੈ ਕਿ ਵੈਦਰ ਦੇਵਰ ਪਾਰਟ ਆਫ ਕੰਸਪਿਰੇਸੀ ਔਰ ਨੋਟ, ਉਹ ਪਾਰਟ ਅਸਰਟਨ ਕਰਨ ਦੀ ਲੋੜ ਹੈ ਇਹਦੇ ਵਿੱਚ। ਸਰ ਇੱਕ ਟਾਵਰ ਜਿੱਥੇ ਪਹਿਲੀ ਕੰਧ ਜਿਹੜੀ ਤੁਸੀਂ ਕਹਿ ਰਹੇ ਹੋ ਬਹੁਤ ਸਾਰਾ ਸਮਾਂ ਲਗਾਇਆ, ਮੈਨੂੰ ਜ਼ਿਆਦਾ ਟਾਈਮ ਲਗਾਇਆ, ਉੱਥੇ ਕੋਈ ਸੀਸੀਟੀਵੀ ਜਾਂ ਕੁਛ ਇਸ ਤਰ੍ਹਾਂ ਦਾ ਨਹੀਂ ਸੀਗਾ ਜਾਂ ਕਿਸੇ ਨੂੰ ਮੋਨੀਟਰ ਨਹੀਂ ਕੀਤਾ ਜਾ ਰਿਹਾ? ਨਹੀਂ ਦੇਖੋ ਇੰਟਰਨਲ ਜਿਹੜਾ ਹੈਗਾ ਨਾ ਉਹਦੇ ਵਿੱਚ ਆਲਰੇਡੀ ਮੈਜਿਸਟੀਰੀਅਲ ਇਨਕੁਆਇਰੀ ਚੱਲ ਰਹੀ ਆ, ਅਸੀਂ ਜਿਹੜਾ ਸਾਡਾ ਰੋਲ ਆ ਪੁਲਿਸ ਦਾ ਦੈਟ ਇਜ਼ ਕਿ ਕ੍ਰਿਮੀਨਲ ਐਕਟ ਕਿਹੜਾ ਕਿਹੜਾ ਹੈਗਾ ਇਹਦੇ ਵਿੱਚ। ਸਾਡਾ ਸਭ ਤੋਂ ਮੇਨ ਰੋਲ ਪੁਲਿਸ ਦਾ ਸੀਗਾ ਇਹਨਾਂ ਨੂੰ ਅਰੈਸਟ ਕਰਨਾ, ਜਿਹੜੇ ਮੇਨ ਜਿਹੜੇ ਦੋਸ਼ੀ ਦੌੜੇ ਆ ਉਹਦੇ ਵਿੱਚੋਂ ਦੋ ਨੂੰ ਅਸੀਂ ਅਰੈਸਟ ਕਰ ਚੁੱਕੇ ਹਾਂ ਆਲਰੇਡੀ, ਇੱਕ ਨੂੰ ਅਸੀਂ ਜਿਹੜਾ ਵਾ ਮੇਰਾ ਖਿਆਲ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ। ਸੈਕਿੰਡ ਹੈਗਾ ਕਿ ਜਿਹੜੇ ਫੜੇ ਗਏ ਇਹਨਾਂ ਦੀ ਪੁੱਛਗਿੱਛ ਤੋਂ ਕੀ ਕਿਸੇ ਦੀ ਕਨਾਈਮੈਂਸ ਆਈ ਨਹੀਂ ਆਈ, ਅਜੇ ਤੱਕ ਇਨਵੈਸਟੀਗੇਸ਼ਨ ਜਾਰੀ ਹੈ ਕਿਉਂਕਿ ਰਾਤ ਹੀ ਫੜਿਆ ਇੱਕ ਮਾਰਨਿੰਗ 'ਚ ਫੜਿਆ, ਸੋ ਉਹਦੇ ਬਾਰੇ 'ਚ ਪੂਰੀ ਡੂੰਘਾਈ 'ਚ ਅਸੀਂ ਤਫਤੀਸ਼ ਕਰਾਂਗੇ।
ਕਿ ਕਿਹਦੀ ਉਹਦੇ ਵਿੱਚ ਕਨਾਈਮੈਂਸ ਹੈਗੀ ਆ ਜਾਂ ਨਹੀਂ ਹੈਗੀ ਆ ਜਾਂ ਕੀ ਉਹਦਾ ਸਟੇਟਸ ਆ। ਸਰ ਇਹਨਾਂ ਨੇ ਦੱਸਿਆ ਸੀ ਕਿ ਭੱਜਣ ਦੀ ਕੋਈ ਯੋਜਨਾ ਇਹਨਾਂ ਨੇ ਕਿਉਂ ਬਣਾਈ ਕਿਤੇ? ਜਿਹੜਾ ਜਰਨੈਲ ਆ ਇਹ ਦੇਖੋ, ਇਹ ਹਰ ਇੱਕ ਦੀ ਆਪੋ ਆਪਣੇ ਇਹਨਾਂ ਦੇ ਥਿਊਰੀਜ਼ ਹੁੰਦੀਆਂ ਹੈ। ਬੇਸਿਕਲੀ ਇਹ ਕ੍ਰਿਮੀਨਲ ਨੇ ਦੋਨੇ, ਬਹੁਤ ਸਾਰੀਆਂ ਵਾਰਦਾਤਾਂ ਇਹਨਾਂ ਨੇ ਪਹਿਲਾਂ ਵੀ ਕੀਤੀਆਂ, ਫੜੇ ਜਾਣ ਤੋਂ ਪਹਿਲਾਂ ਵੀ, ਅੱਗੇ ਵੀ ਜਦੋਂ ਫੜੇ ਗਏ ਸੀਗੇ। ਇਸ ਵਾਰੀ ਤਾਂ ਫੋਰਚੂਨੇਟਲੀ ਸਾਡੀ ਸਾਨੂੰ ਕਲੂ ਜਲਦੀ ਮਿਲ ਗਿਆ, ਜਲਦੀ ਫੜੇ ਗਏ। ਪਹਿਲਾਂ ਵੀ ਜਦੋਂ ਇਹ ਅਲੱਗ ਅਲੱਗ ਵਾਰਦਾਤਾਂ ਕੀਤੀਆਂ ਸੀ, ਇਹਨਾਂ ਨੂੰ ਫੜਨ ਦੇ ਵਿੱਚ ਬਹੁਤ ਸਮਾਂ ਲੱਗਿਆ ਸੀਗਾ, 4-5 ਮਹੀਨੇ ਲਗਾਤਾਰ ਐਫਰਟ ਕਰਨ ਤੋਂ ਬਾਅਦ ਇਹ ਫੜੇ ਗਏ ਸੀਗੇ। ਸੋ ਇਹਨਾਂ ਨੇ ਕ੍ਰਾਈਮ ਹੀ ਕਮਿਟ ਕਰਨਾ ਸੀ ਬਾਹਰ ਜਾਣ ਤੋਂ ਬਾਅਦ ਦੇ ਵਿੱਚ। ਬਾਕੀ ਇਹਨਾਂ ਦੀਆਂ ਐਕਸਪਲੇਨੇਸ਼ਨ ਆਪਣੀਆਂ ਆਪਣੀਆਂ ਹੁੰਦੀਆਂ, ਉਹ ਡਿਊਰਿੰਗ ਇਨਵੈਸਟੀਗੇਸ਼ਨ ਵਿੱਚ ਸੀ ਕਿ ਕੀ ਐਕਸਪਲੇਨੇਸ਼ਨ ਦਿੰਦੇ ਆ ਉਸ ਚੀਜ਼ ਦੇ। ਸਰ ਇਹ ਲੁੱਟਾਂ ਖੋਹਾਂ ਕਿੱਦਾਂ ਦੀਆਂ ਕਰਦੇ ਸੀ? ਇਹ ਇਹਨਾਂ ਨੂੰ ਕਹਿ ਰਹੇ ਆ ਬੇਸਿਕਲੀ ਇਹ ਦਾਤਰ ਟਾਈਪ ਲੈ ਕੇ ਵੈਪਨ, ਹਾਰਡ ਮਤਲਬ ਸ਼ਾਰਪ ਵੈਪਨ ਲੈ ਕੇ ਰਾਹਗੀਰਾਂ ਨੂੰ ਜ਼ਿਆਦਾ ਲੁੱਟਦੇ ਸੀਗੇ, ਔਰ ਸੱਟ ਲਾ ਕੇ ਲੁੱਟਦੇ ਸੀਗੇ। ਜਿਹੜੀ ਇਹਨਾਂ ਦਾ ਟਿਪੀਕਲ ਲੁੱਟਣ ਦਾ ਸਟਾਈਲ ਸੀਗਾ ਕਿ ਕਦੀ ਸੁਲਤਾਨਵਿੰਡ ਰੋਡ 'ਤੇ ਕਿਸੇ ਨੂੰ ਲੁੱਟ ਲਿਆ, ਦਾਤਰ ਮਾਰ ਦਿੱਤਾ, ਇੰਜਰ ਕਰ ਦਿੱਤਾ। ਕਦੀ ਇਹਨਾਂ ਦਾ ਏਰੀਆ ਆਫ ਓਪਰੇਸ਼ਨ ਵੀ ਇਹੀ ਸੀਗਾ, ਜਿਹੜਾ ਬੀ ਡਿਵੀਜ਼ਨ ਸੁਲਤਾਨਵਿੰਡ ਇਹ ਵਾਲਾ ਏਰੀਆ ਵਾ, ਔਰ ਇਨਵੇਰੀਏਬਲੀ ਇੰਜਰੀ ਕਰਕੇ ਲੁੱਟਦੇ ਸੀਗੇ ਬੰਦੇ ਨੂੰ, ਔਰ ਬਹੁਤ ਮਤਲਬ ਖਤਰਨਾਕ ਤਰੀਕੇ ਦੇ ਨਾਲ ਵਾਰਦਾਤ ਕਰਦੇ ਸੀਗੇ, ਮਰਸੀਲੈਸਲੀ ਵੀਕਨ ਸੀਗੇ, ਇਸ ਤਰੀਕੇ ਨਾਲ ਵਾਰਦਾਤ ਕਰਦੇ ਸੀ। ਹੋਰ ਕੋਈ ਜੀ ਤੁਹਾਡਾ ਕੋਈ? ਨਹੀਂ ਉਹ ਮੈਂ ਕਹਿ ਰਿਹਾ ਦੈਟ ਇਜ਼ ਵੀ ਆਰ ਸਟਿਲ ਇਨਵੈਸਟੀਗੇਟਿੰਗ ਕਿ ਉਹਦੇ 'ਚ ਕੀ ਆਉਂਦਾ ਹੈ। ਨੈਗਲੀਜੈਂਸ ਤਾਂ ਹੈ ਹੀ ਹੈ ਜੀ, ਸਿਰਫ ਇਹ ਹੈ ਕਿ ਕਨਾਈਵੈਂਸ ਹੈਗੀ ਕਿ ਨਹੀਂ ਹੈਗੀ ਉਹਦੇ ਬਾਰੇ 'ਚ, ਜਿਹੜੀ ਸਾਡੀ ਟੀਮ ਅਸੀਂ ਬਣਾਈ ਹੋਈ ਹੈ ਉਹ ਡੂੰਘਾਈ 'ਚ ਇਹਦੇ ਬਾਰੇ 'ਚ ਵੀ ਤਫਤੀਸ਼ ਕਰਨਗੇ। ਇਹਦੇ ਬਾਰੇ ਜਿਹੜੀ ਨਿਆਂਇਕ ਜਾਂਚ ਆ ਉਹ ਅਲੱਗ ਤੋਂ ਚੱਲ ਰਹੀ ਹੈ ਇਹਦੇ ਵਿੱਚ। ਸੋ ਫਾਰ ਇੱਦਾਂ ਦੀ ਗੱਲ ਨਹੀਂ ਆਈ ਅਜੇ ਤੱਕ ਦੀ ਕੋਈ, ਤੇ ਆਪਣੇ ਲੈਵਲ 'ਤੇ ਹੀ ਦੌੜੇ ਸੀਗੇ ਜੋ ਜਿੱਦਾਂ ਹੁਣ ਤੱਕ ਜਿਹੜੀ ਤਫਤੀਸ਼ ਸਾਡੀ ਹੋਈ। ਉਹਦੇ ਬਾਰੇ ਮੈਂ ਜਿੱਦਾਂ ਦੱਸਿਆ ਤੁਹਾਨੂੰ ਕਿ ਸਾਡੇ ਕੋਲ ਕਲੂ ਹੈਗੇ ਆ, ਬਟ ਜਦੋਂ ਤੱਕ ਬੰਦਾ ਫੜਿਆ ਨਹੀਂ ਜਾਂਦਾ ਵੀ ਕੈਨੋਟ ਸੇ, ਬਟ ਜਲਦੀ ਫੜ ਲਾਂਗੇ ਜੀ। ਨਹੀਂ ਅਜੇ ਤੱਕ ਨਹੀਂ ਸੀ ਕੀਤੀ ਕੋਈ ਬਾਤ, ਅਜੇ ਤੱਕ ਨਹੀਂ ਕੀਤੀ। ਅਜੇ ਤਾਂ ਇਹ ਮਤਲਬ ਪਲੈਨਿੰਗ ਮੋਡ 'ਚ ਸੀਗੇ, ਅਜੇ ਤਾਂ ਹੌਲੀ ਹੌਲੀ ਮੇ ਬੀ ਇਕੱਠੇ ਹੁੰਦੇ ਫਿਰ ਕਰਦੇ। ਉਹਨਾਂ ਦਾ ਜੀ ਜਦੋਂ ਇਹ ਜੇਲ੍ਹ ਤੋਂ ਦੌੜੇ ਆ, ਜਾ ਕੇ ਰਾਤ ਉੱਥੇ ਰੁਕੇ ਆ, ਕ੍ਰਿਮੀਨਲ ਨੂੰ ਇੱਕਦਮ ਬੰਦੇ ਨੂੰ ਪਤਾ ਕਿ ਜੇਲ੍ਹ ਤੋਂ ਦੌੜਿਆ ਹੋਇਆ ਉਹਨੂੰ ਪਨਾਹ ਦੇਣੀ, ਇਟ ਸੈਲਫ ਹੀ ਓਫੈਂਸ ਆ। ਫਿਰ ਇਸ ਤੋਂ ਬਾਅਦ ਦੇ ਵਿੱਚ ਜਿਹੜੇ ਬੰਦੇ ਦੇ ਘਰ ਹੁਣ ਰੁਕਿਆ ਹੋਇਆ ਸੀ, ਗੁਰਪ੍ਰੀਤ ਗੋਪੀ ਸ਼ਮਸ਼ੇਰ ਸਿੰਘ, ਉਹਨੂੰ ਵੀ ਅਸੀਂ ਅਰੈਸਟ ਕੀਤਾ, ਉਹ ਵੀ 212 ਦੇ ਵਿੱਚ ਕੀਤਾ ਵਾ। ਜਿਹੜਾ ਇਹ ਗੁਰਪ੍ਰੀਤ ਗੋਪੀ ਆ ਜਿਹਨੇ ਚਾਹ ਸਾਡੇ ਕੌਂਸਟੇਬਲ ਦੇ ਮੂੰਹ 'ਤੇ ਪਾਈ, ਉਹ 'ਚ ਅਸੀਂ 326A ਦਾ ਵਾਧਾ ਕੀਤਾ, 332-333 IPC ਦਾ ਅਲੱਗ ਤੋਂ ਵਾਧਾ ਕੀਤਾ ਉਹਦੇ ਵਿੱਚ। ਸੋ ਜਿੰਨੇ ਜਾਣੇ ਇਨਵੋਲਵ ਸੀਗੇ, 3 ਤਾਂ ਇਹ ਹੋ ਗਏ, ਮਦਰ ਸਿਸਟਰ ਹੋ ਗਈ ਜਿਹਨਾਂ ਨੇ ਪਨਾਹ ਦਿੱਤੀ ਹੈ, ਸ਼ਮਸ਼ੇਰ ਸਿੰਘ ਜਿਹੜਾ ਸੀਗਾ ਜਿਹਨੇ ਹੁਣੇ ਨੂੰ ਪਨਾਹ ਦਿੱਤੀ ਸੀਗੀ ਉਹਨੂੰ ਅਰੈਸਟ ਕੀਤਾ ਵਾ, ਜਿਹੜਾ ਰਛਪਾਲ ਸਿੰਘ ਇਹਨਾਂ ਨੂੰ ਉੱਥੋਂ ਲੈ ਕੇ ਗਿਆ ਸੀ ਤਰਨ ਤਾਰਨ ਤੋਂ ਰੂੜੀਵਾਲ ਪਿੰਡ ਤੱਕ ਲੈ ਕੇ ਗਿਆ ਵਾ, ਉਹਨੂੰ ਵੀ ਅਸੀਂ ਨੋਮੀਨੇਟ ਕੀਤਾ ਇਸ FIR ਦੇ ਵਿੱਚ। ਟੋਟਲ ਜਿਹੜੇ ਆ ਜੀ 4 ਤੇ 2-6 ਤਾਂ ਅਰੈਸਟ ਹੋ ਚੁੱਕੇ ਆ। ਕਰਨਲ ਸਿੰਘ ਇਹਦਾ ਭਰਾ ਵਾ ਜੀ, ਉਹਦਾ ਭਰਾ ਵਾ। ਸੋ ਚਾਰ ਜਿਹੜਾ, ਹਾਂ ਜਿਹੜਾ ਪਹਿਲੀ ਵਾਰੀ, 4 ਬੰਦੇ ਅਸੀਂ ਜਿਹੜੇ ਆ ਹੁਣ ਅਰੈਸਟ ਕੀਤੇ ਆ, 2 ਲੇਡੀਜ਼ ਪਹਿਲਾਂ ਅਰੈਸਟ ਕੀਤੀਆਂ ਸੀ, 6, ਇੱਕ ਵਿਸ਼ਾਲ ਸ਼ਰਮਾ ਰਹਿ ਗਿਆ ਜਿਹੜਾ ਅਬਸਕਾਉਂਡਿੰਗ ਆ, ਔਰ ਇੱਕ ਰਛਪਾਲ। ਚਮਤਕਾਰ ਹੁੰਦੇ ਨੇ, ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਹਰ ਪਰੇਸ਼ਾਨੀ ਦਾ ਹੱਲ ਪਾਓ। 7 ਇਲਮਾਂ ਦੇ ਮਾਹਿਰ ਦਿਵਾਂਸ਼ੂ ਜੋਸ਼ੀ, ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ, ਕੱਟਣ ਵਾਲੇ ਨੂੰ ਮੂੰਹ ਮੰਗਿਆ ਇਨਾਮ। ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ ਚਨਬਣ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੋਟੋਮੈਕਸ। ਧੋਖੇਬਾਜ਼ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਣ ਨੂੰ ਆਪਣੀਆਂ ਅੱਖਾਂ ਸਾਹਮਣੇ ਤੜਫਦਾ ਵੇਖੋ। 7082844950। ਪੰਡਿਤ MK ਸ਼ਰਮਾ, ਫੀਸ ਨਹੀਂ ਇਨਾਮ ਲਵਾਂਗਾ, ਧੋਖਾ ਨਹੀਂ ਕੰਮ ਕਰਾਂਗਾ, ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ। ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ। ਪੰਡਿਤ MK ਸ਼ਰਮਾ, ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਵਿਦੇਸ਼ ਯਾਤਰਾ 'ਚ ਰੁਕਾਵਟ, ਮਾਤਾ ਪਿਤਾ ਨੂੰ ਮਨਾਉਣਾ, ਇੱਕ ਵਾਰ ਮਿਲਾਓ ਫੋਨ ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ। ਕਰੋ ਸੰਪਰਕ 97793995956।